ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ASI ਦਲਜੀਤ ਸਿੰਘ ਅੰਮ੍ਰਿਤਸਰ। ਅੱਜ ਜੀ ਨਵੀਂ ਸਰਕਾਰ, ਨਵਾਂ ਮੌਸਮ ਤੇ ਉਹਦੇ ਮੁਤਾਬਕ ਨਵੀਆਂ ਉਮੀਦਾਂ, ਜੋ ਅੱਜ ਸਾਨੂੰ ਲੱਗ ਰਿਹਾ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ, ਨਵੀਂ ਜਨਰੇਸ਼ਨ ਹੈ, ਜਿਹੜੇ ਬੱਚੇ ਗਲਤ ਸੁਸਾਇਟੀਆਂ ਵਿੱਚ ਜਾਂ ਨਸ਼ਾ ਪੱਤਾ ਕਰ ਰਹੇ ਨੇ ਜਾਂ ਨਸ਼ੇ ਦੀ ਦਲਦਲ ਵਿੱਚ ਉਹ ਫਸ ਚੁੱਕੇ ਨੇ, ਉਹਨਾਂ ਨੂੰ ਕੱਢਣ ਵਾਸਤੇ ਇੱਕ ਨਵਾਂ ਉਪਰਾਲਾ ਮੈਂ ਆਪਣੇ ਤੌਰ 'ਤੇ ਕਰ ਰਿਹਾ। ਜਿਸ ਤਰ੍ਹਾਂ ਕਿ ਸਾਡੀ ਸਰਕਾਰ, ਪੰਜਾਬ ਸਰਕਾਰ ਵੱਲੋਂ, ਸਾਡੇ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜੇ ਨਸ਼ਾ ਛੁਡਾਊ ਮੁਹਿੰਮ ਹੈ, ਉਹਦੇ ਤਹਿਤ ਆਪਾਂ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਦੇ ਮੁੜ ਵਸੇਬੇ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ। ਅੱਜ ਮੇਰਾ ਜਨਮਦਿਨ ਹੈ ਅਤੇ ਇਸ ਜਨਮਦਿਨ ਦੀ ਜਿਹੜੀ ਸ਼ੁਰੂਆਤ ਹੈ ਉਹ ਮੈਂ ਇਸ ਤੋਂ ਕਰਨਾ ਚਾਹੁੰਦਾ ਕਿ ਜਿਹੜੇ ਬੱਚੇ ਨੇ, ਜਿਹੜੇ ਇਸ ਦਲਦਲ ਵਿੱਚ ਫਸੇ ਨੇ, ਉਹਨਾਂ ਨੂੰ ਮੁੜ ਵਸੇਬੇ ਵਾਸਤੇ ਇੱਕ ਆਪਣੀ ਛੋਟੀ ਜਿਹੀ ਤੁਸ਼ ਜੀ ਭੇਟਾ ਜਿਹੜੀ ਆ ਉਹ ਮੈਂ ਸਟਾਰਟ ਕੀਤੀ ਆਪਣੇ ਤੋਂ। ਜੇ ਹੋਰ ਵੀ ਵੀਰ ਕੋਈ ਅੱਗੇ ਆ ਕੇ ਸਾਡੇ ਨਾਲ, ਹੋਰ ਵੀ ਸੰਸਥਾਵਾਂ ਜੁੜ ਕੇ, NGO ਜੁੜ ਕੇ, ਅਸੀਂ ਇਸ ਨੂੰ ਹਲਾਰਾ ਦੇਈਏ ਅਤੇ ਇਸ ਨਾਲ ਆਪਾਂ ਜਿਹੜਾ ਇੱਕ ਇੱਕ ਬੱਚਾ ਜਿਹੜਾ ਉਸ ਮਾਂ ਦੇ ਸੁਪਨੇ, ਜਿਹੜੇ ਬੱਚੇ ਦੇ ਜ਼ਿੰਦਗੀ ਵਾਸਤੇ ਉਹ ਤਰਲੇ ਮਿੰਤਾਂ ਕਰ ਰਹੀ ਆ, ਸਾਡਾ ਬੱਚਾ ਜੇਲੇ ਭੇਜ ਦਿਓ, ਸਾਡੇ ਬੱਚੇ ਦੀ ਜ਼ਿੰਦਗੀ ਬਚਾ ਦਿਓ, ਉਹਨਾਂ ਮਾਵਾਂ ਦੇ ਜ਼ਖਮਾਂ 'ਤੇ ਇੱਕ ਬਹੁਤ ਵੱਡੀ ਮਲਮ ਹੋਏਗੀ, ਉਹਨਾਂ ਭੈਣਾਂ ਦੇ ਵੀਰਾਂ ਨੂੰ ਆਪਾਂ ਉਹਨਾਂ ਨਾਲ ਤੱਕ ਮਿਲਾਈਏ ਜੇ ਆਪਾਂ ਇੱਕ ਛੋਟਾ ਜਿਹਾ ਉਪਰਾਲਾ ਕਰੀਏ। ਅਤੇ ਸੋ ਵੀਰੋ, ਪੰਜਾਬ ਸਰਕਾਰ ਵੱਲੋਂ, ਜਿੱਦਾਂ ਸਾਡੇ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਨੇ ਨਸ਼ੇ ਦੇ ਸੰਬੰਧ ਵਿੱਚ, ਸੋ ਨਸ਼ਾ ਛਡਾਊ ਮੁਹਿੰਮ ਜਿਹੜੀ ਹੈ, ਜਿਹੜੀ ਨਵੀਂ ਪੀੜ੍ਹੀ ਹੈ, ਨਵੀਂ ਜਨਰੇਸ਼ਨ ਹੈ, ਉਹਨੂੰ ਆਪਾਂ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਵਾਸਤੇ ਇੱਕ ਮੁੜ ਸੇਵਾ ਸਕੀਮ ਜਿਹੜੀ ਹੈ ਸਰਕਾਰ ਵੱਲੋਂ ਤਿਆਰ ਕੀਤੀ ਗਈ ਆ। ਉਹਦੇ ਤਹਿਤ ਆਪਾਂ ਛੋਟੀ ਛੋਟੀ ਭੇਟਾ, ਜਿਹੜੇ ਕਿ ਵਧੀਆ ਸੈਂਟਰ ਹੋਣ, ਉਹਨਾਂ ਨੂੰ ਵਧੀਆ ਮੈਡੀਸਨ ਮੁਹੱਈਆ ਕਰਵਾਈ ਜਾਵੇ। ਜਿੰਨੀ ਵੀ ਸਾਡੀ ਜਿੰਨੀ ਆਪਾਂ ਭੇਟਾ ਦੇ ਰਹੇ ਹਾਂ, ਇਸ ਤੋਂ ਵੱਧ ਵੀ ਜੇ ਜ਼ਰੂਰਤ ਹੋਏਗੀ ਤਾਂ ਆਪਾਂ ਹੋਰ ਦੇਵਾਂਗੇ। ਸੋ ਵੀਰੋ, ਅੱਗੇ ਆ ਕੇ ਇੱਕ ਹਲਾਰਾ ਦਿਓ। ਸੋ ਅਸੀਂ ਬਹੁਤ ਉਮੀਦ ਕਰਦੇ ਹਾਂ ਪੰਜਾਬ ਦੇ ਵਾਸੀਆਂ ਤੋਂ, ਉਹਨਾਂ ਮਾਵਾਂ ਤੋਂ, ਉਹਨਾਂ ਪਿਓਾਂ ਤੋਂ, ਉਹਨਾਂ ਭੈਣਾਂ ਤੋਂ, ਜਿਨ੍ਹਾਂ ਨੂੰ ਆਪਣੇ ਵੀਰਾਂ ਦੀ ਬੜੀ ਬੇਸਬਰੀ ਨਾਲ ਉਡੀਕ ਹੈ ਕਿ ਸਾਡਾ ਵੀਰ ਚੰਗਾ ਹੋ ਕੇ ਮੁੜ ਉਸੇ ਰਸਤੇ ਵਿੱਚ ਵਾਪਸ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ASI ਦਲਜੀਤ ਸਿੰਘ ਅੰਮ੍ਰਿਤਸਰ। ਅੱਜ ਜੀ ਨਵੀਂ ਸਰਕਾਰ, ਨਵਾਂ ਮੌਸਮ ਅਤੇ ਉਹਦੇ ਮੁਤਾਬਕ ਨਵੀਆਂ ਉਮੀਦਾਂ, ਜੋ ਅੱਜ ਸਾਨੂੰ ਲੱਗ ਰਿਹਾ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ, ਨਵੀਂ ਜਨਰੇਸ਼ਨ ਹੈ, ਜਿਹੜੇ ਬੱਚੇ ਗਲਤ ਸੁਸਾਇਟੀਆਂ ਵਿੱਚ ਜਾਂ ਨਸ਼ਾ ਪੱਤਾ ਕਰ ਰਹੇ ਨੇ ਜਾਂ ਨਸ਼ੇ ਦੀ ਦਲਦਲ ਵਿੱਚ ਉਹ ਫਸ ਚੁੱਕੇ ਨੇ, ਉਹਨਾਂ ਨੂੰ ਕੱਢਣ ਵਾਸਤੇ ਇੱਕ ਨਵਾਂ ਉਪਰਾਲਾ ਮੈਂ ਆਪਣੇ ਤੌਰ 'ਤੇ ਕਰ ਰਿਹਾ। ਜਿਸ ਤਰ੍ਹਾਂ ਕਿ ਸਾਡੀ ਸਰਕਾਰ, ਪੰਜਾਬ ਸਰਕਾਰ ਵੱਲੋਂ, ਸਾਡੇ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜੇ ਨਸ਼ਾ ਛੁਡਾਊ ਮੁਹਿੰਮ ਹੈ, ਉਹਦੇ ਤਹਿਤ ਆਪਾਂ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਦੇ ਮੁੜ ਵਸੇਬੇ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ। ਅੱਜ ਮੇਰਾ ਜਨਮਦਿਨ ਹੈ ਅਤੇ ਇਸ ਜਨਮਦਿਨ ਦੀ ਜਿਹੜੀ ਸ਼ੁਰੂਆਤ ਹੈ ਉਹ ਮੈਂ ਇਸ ਤੋਂ ਕਰਨਾ ਚਾਹੁੰਦਾ ਕਿ ਜਿਹੜੇ ਬੱਚੇ ਨੇ, ਜਿਹੜੇ ਇਸ ਦਲਦਲ ਵਿੱਚ ਫਸੇ ਨੇ, ਉਹਨਾਂ ਨੂੰ ਮੁੜ ਵਸੇਬੇ ਵਾਸਤੇ ਇੱਕ ਆਪਣੀ ਛੋਟੀ ਜਿਹੀ ਤੁਸ਼ ਜਿਹੀ ਭੇਟਾ ਜਿਹੜੀ ਆ ਉਹ ਮੈਂ ਸਟਾਰਟ ਕੀਤੀ ਆਪਣੇ ਤੋਂ। ਜੇ ਹੋਰ ਵੀ ਵੀਰ ਕੋਈ ਅੱਗੇ ਆ ਕੇ ਸਾਡੇ ਨਾਲ, ਹੋਰ ਵੀ ਸੰਸਥਾਵਾਂ ਜੁੜ ਕੇ, NGO ਜੁੜ ਕੇ, ਅਸੀਂ ਇਸ ਨੂੰ ਹਲਾਰਾ ਦੇਈਏ ਅਤੇ ਇਸ ਨਾਲ ਆਪਾਂ ਜਿਹੜਾ ਇੱਕ ਇੱਕ ਬੱਚਾ ਜਿਹੜਾ ਉਸ ਮਾਂ ਦੇ ਸੁਪਨੇ, ਜਿਹੜੇ ਬੱਚੇ ਦੇ ਜ਼ਿੰਦਗੀ ਵਾਸਤੇ ਉਹ ਤਰਲੇ ਮਿੰਤਾਂ ਕਰ ਰਹੀ ਆ, ਸਾਡਾ ਬੱਚਾ ਜੇਲੇ ਭੇਜ ਦਿਓ, ਸਾਡੇ ਬੱਚੇ ਦੀ ਜ਼ਿੰਦਗੀ ਬਚਾ ਦਿਓ, ਉਹਨਾਂ ਮਾਵਾਂ ਦੇ ਜ਼ਖਮਾਂ 'ਤੇ ਇੱਕ ਬਹੁਤ ਵੱਡੀ ਮਲਮ ਹੋਏਗੀ, ਉਹਨਾਂ ਭੈਣਾਂ ਦੇ ਵੀਰਾਂ ਨੂੰ ਆਪਾਂ ਉਹਨਾਂ ਨਾਲ ਤੱਕ ਮਿਲਾਈਏ ਜੇ ਆਪਾਂ ਇੱਕ ਛੋਟਾ ਜਿਹਾ ਉਪਰਾਲਾ ਕਰੀਏ। ਅਤੇ ਸੋ ਵੀਰੋ, ਪੰਜਾਬ ਸਰਕਾਰ ਵੱਲੋਂ, ਜਿੱਦਾਂ ਸਾਡੇ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਨੇ ਨਸ਼ੇ ਦੇ ਸੰਬੰਧ ਵਿੱਚ, ਸੋ ਨਸ਼ਾ ਛਡਾਊ ਮੁਹਿੰਮ ਜਿਹੜੀ ਹੈ, ਜਿਹੜੀ ਨਵੀਂ ਪੀੜ੍ਹੀ ਹੈ, ਨਵੀਂ ਜਨਰੇਸ਼ਨ ਹੈ, ਉਹਨੂੰ ਆਪਾਂ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਵਾਸਤੇ ਇੱਕ ਮੁੜ ਸੇਵਾ ਸਕੀਮ ਜਿਹੜੀ ਹੈ ਸਰਕਾਰ ਵੱਲੋਂ ਤਿਆਰ ਕੀਤੀ ਗਈ ਆ। ਉਹਦੇ ਤਹਿਤ ਆਪਾਂ ਛੋਟੀ ਛੋਟੀ ਭੇਟਾ, ਜਿਹੜੇ ਕਿ ਵਧੀਆ ਸੈਂਟਰ ਹੋਣ, ਉਹਨਾਂ ਨੂੰ ਵਧੀਆ ਮੈਡੀਸਨ ਮੁਹੱਈਆ ਕਰਵਾਈ ਜਾਵੇ। ਜਿੰਨੀ ਵੀ ਸਾਡੀ ਜਿੰਨੀ ਆਪਾਂ ਭੇਟਾ ਦੇ ਰਹੇ ਹਾਂ, ਇਸ ਤੋਂ ਵੱਧ ਵੀ ਜੇ ਜ਼ਰੂਰਤ ਹੋਏਗੀ ਤਾਂ ਆਪਾਂ ਹੋਰ ਦੇਵਾਂਗੇ। ਸੋ ਵੀਰੋ, ਅੱਗੇ ਆ ਕੇ ਇੱਕ ਹਲਾਰਾ ਦਿਓ। ਸੋ ਅਸੀਂ ਬਹੁਤ ਉਮੀਦ ਕਰਦੇ ਹਾਂ ਪੰਜਾਬ ਦੇ ਵਾਸੀਆਂ ਤੋਂ, ਉਹਨਾਂ ਮਾਵਾਂ ਤੋਂ, ਉਹਨਾਂ ਪਿਓਾਂ ਤੋਂ, ਉਹਨਾਂ ਭੈਣਾਂ ਤੋਂ, ਜਿਨ੍ਹਾਂ ਨੂੰ ਆਪਣੇ ਵੀਰਾਂ ਦੀ ਬੜੀ ਬੇਸਬਰੀ ਨਾਲ ਉਡੀਕ ਹੈ ਕਿ ਸਾਡਾ ਵੀਰ ਚੰਗਾ ਹੋ ਕੇ ਮੁੜ ਉਸੇ ਰਸਤੇ ਵਿੱਚ ਵਾਪਸ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।